ਸਾਡਾ ਤੇ ਪਹਿਲਾਂ ਲੋਕਾਂ ਦਾ ਬਹੁਤ ਫਰਕ ਸੀ ਸਾਡਾ ਤੇ ਪਹਿਲਾਂ ਲੋਕਾਂ ਦਾ ਬਹੁਤ ਫਰਕ ਸੀ ਭਾਵੇਂ ਉਹ ਪੜ੍ਹੇ ਲਿਖੇ ਨਹੀਂ ਲੋਕ ਹੈ ਲੋਕ ਚੰਗੇ ਸਨ ਅਤੇ ਅੱਜ ਦੇ ਮੌਲਵੀ ਵੀ ਇਸ ਤਰ੍ਹਾਂ ਦਾ ਆਵਾਜ਼ ਸ਼ਰੀਫ ਕਰਦੇ ਨੇ ਅਤੇ ਜਨਾਬ ਕਹਿ ਦੱਸੋ ਸਾਨੂੰ ਤਾਂ ਇਹ ਤੁਸੀਂ ਗੱਲ ਦੱਸੋ ਗੱਲ ਬੜੀ ਸੋਚ ਵਾਲੀ ਹੈ ਅਤੇ ਉੱਥੇ ਜਦੋਂ ਸਵਾਲ ਜਵਾਬ ਬਬਰ ਝੋਨੇ ਨੇ ਕਿਸੇ ਮਾਵੀਏ ਦੇ ਮਾਂ ਦਾ ਨਾਮ ਪੁੱਛਣਾ ਨਹੀਂ ਕਿਸੇ ਨੇ ਕਿਸੇ ਵੀ ਨਹੀਂ ਪੁੱਛਣਾ ਅੱਛਾ ਤਾਂ ਮੌਲਵੀਆਂ ਦੀ ਇਹ ਫਿਕਰ ਲੱਗਾ ਅਤੇ ਉਹ ਕੌਣ ਸੀ ਅਤੇ ਇਹ ਕੌਣ ਸੀ ਉਹ ਕਿਸ ਤਰ੍ਹਾਂ ਵਰਤਦਾ ਰਿਹਾ ਉਹ ਕਿਸ ਤਰ੍ਹਾਂ ਇਹ ਕਰ ਰਿਹਾ ਉਹ ਤੋ ਜਿਹੜੇ ਛੋਟੀਆਂ ਤੋੜੀਆਂ ਮਸਲ ਮੁਸਲਮਾਨੀ ਹੈ ਜਿਹੜੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਗੌਰ ਹੀ ਕਿਸੇ ਗੌਰ ਉਹ ਜੋ ਸਾਸੀ ਅਸੀਂ ਛੋਟੇ ਛੋਟੇ ਹੁੰਦੇ ਸਨ ਅਤੇ ਅੱਲਾ ਦੀ ਕਸਮ ਇਸ ਤਰ੍ਹਾਂ ਦੇ ਲੋਕ ਚੰਗੇ ਹੁੰਦੇ ਸਨ ਅਤੇ ਉਦੋਂ ਪਤਾ ਜੀ ਉਹ ਆਡਾ ਖਾਣ ਵਗਦੇ ਹੁੰਦੇ ਹੁਣ ਚੱਲਦੇ ਹੁੰਦੇ ਟੱਕ ਟੱਕ ਦੀ ਆਵਾਜ਼ ਆਉਣੀ ਹਾਂਜੀ ਉਦੋਂ ਕਮਾਲ ਸੀਨ ਤਾਂ ਕਮਾਲ ਪਰ ਮੈਂ ਹੋਰ ਗੱਲ ਕਰ ਲਵਾਂ ਕਿ ਉਹ ਅਤੇ ਹੁਣ ਵੀ ਇਹਦੇ ਵਿੱਚ ਉਹ ਤੁਸੀਂ ਉਹ ਗੰਦੀ ਚੀਜ਼ ਨਹੀਂ ਘੋਲਣੀ ਤਾਂ ਅਗਰ ਅੱਗੇ ਲੋਕ ਕੋਈ ਪਾਣੀ ਨਾ ਪਿਆਸਾ ਪਾਣੀ ਪੀਏਗਾ ਅੱਗੇ ਕੋਈ ਪਿਆਸਾ ਪਾਣੀ ਪੀਏ ਰਾਜ ਪਿਸ਼ਾਬ ਨਹੀਂ ਕਰਨਾ ਬਿਲਕੁਲ ਹਾਂਜੀ ਰਾਜ ਪਿਸ਼ਾਬ ਨਹੀਂ ਕਰਨਾ ਅਗਰ ਕੰਡਾ ਕੋ ਪਿਆ ਹੈ ਤਾਂ ਉਹ ਭਾਵੇਂ ਬੁੱਢਾ ਕੋਈ ਲੰਘਦਾ ਭਾਵੇਂ ਕੋਈ ਛੋਟਾ ਪਿਆ ਲੰਘਦਾ ਉਹਨੇ ਚੁੱਕ ਕੇ ਬੜਾ ਕਰਨਾ ਬਿਲਕੁਲ ਤੂੰ ਬੜਾ ਵੱਡਾ ਜੁਰਮ ਸਮਝਦੇ ਹਾਂ ਅਤੇ ਯਾਰ ਤੂੰ ਫਿਰ ਜਿਹੜਾ ਨੇਕੀ ਵੀ ਉਹਨੂੰ ਬੜਾ ਸਮਝਿਆ ਜਾਂਦਾ ਸੀ ਅਤੇ ਜਿਹੜਾ ਰਾਜ ਬਣ ਕੇ ਇੱਥੇ ਹੁੰਦਾ ਸੀ ਉਹਨੂੰ ਆਉਂਦੇ ਹਨ ਗਲ ਵੱਡਾ ਉਹਦਾ ਜਦੋਂ ਕੋਈ ਉਹ ਆਇਆ ਪਾਰਟੀਸ਼ਨ ਹੋਈ ਸੀ ਉਹ ਸਿੱਖਾਂ ਕੁਰਬਾਨ ਮਾਰੀ ਸੀ ਉਹਦਾ ਆਪਣੇ ਗਲ ਵੱਡ ਕਰਦਾ ਸੀ ਉਹਦੀ ਜੇ ਘੱਲੀ ਸੀ ਨਾ ਇਹ ਬਿਲਕੁਲ ਨੰਗੀ ਨਜ਼ਰ ਆਉਂਦੀ ਸੀ ਇੱਥੇ ਟੱਕ ਸੀ ਉਹਨੂੰ ਤੂੰ ਬਿਲਕੁਲ ਸਾਫ ਉਹ ਨਾੜਾ ਉਹਦੀ ਲੱਭਦੀ ਜਿਹਨੇ ਕਿਹਾ ਥਾਂ ਹਾਂ ਠੀਕ ਕਿਹਾ ਉਹ ਬੰਦਾ ਤੂੰ ਗਲ ਵੱਡਾ ਉਹਦਾ ਨਾ ਪਾਇਆ ਸੀ ਤੂੰ ਕਰਦਾ ਕੀ ਸੀ ਪਤਾ ਨਹੀਂ ਐਕਟਰ ਦਾ ਸੀ ਤੂੰ ਕਰਦਾ ਕੀ ਸੀ ਉਹ ਆਉਂਦਾ ਸੀ ਅਤੇ ਉਹ ਪਿਆ ਨਾ ਜਿੱਥੋਂ ਗੱਲਾਂ ਛੱਲਾਂ ਪਈਆਂ ਹੁੰਦੀਆਂ ਹਨ ਟੋਏ ਟਾਏ ਪਈਆਂ ਹੁੰਦੀਆਂ ਤਾਂ ਉਹ ਇੰਝ ਫਰੀ ਬਸ ਉਹਦਾ ਕੰਮ ਹੀ ਇਹ ਸੀ ਲੰਘਦਾ ਜਾਂਦਾ ਅੱਜ ਦਾ ਦੌਰ ਵੇਖ ਲਓ ਉਹ ਜਨਾਬ ਹੁਣ ਉਹ ਜੋ ਕੋਈ ਅਸੀਂ ਉਹ ਕਰਨੇ ਹਾਂ ਪਏ ਉਹ ਪਾਣੀ ਦਾ ਅਸ਼ਰ ਅਤੇ ਪਾਣੀ ਉਹ ਕਮਾਲ ਚੀਜ਼ ਹੈ ਕਿ ਜਿਹੜਾ ਮੁਫਤ ਨਿਮਤ ਹੈ ਹਾਂਜੀ ਬੜੇ ਬੜੇ ਪੜ੍ਹੇ ਲਿਖੇ ਲੋਕ ਕੈਂਟ ਦੇ ਵਿੱਚ ਤਗੜੇ ਲੋਕ ਜਿਹੜੇ ਨਾ ਜਿੱਥੇ ਨਿਕਾਸੀ ਦਾ ਸਿਸਟਮ ਨਹੀਂ ਹੈ ਤਾਂ ਉੱਥੇ ਨਵੇਂ ਥਾਂ ਜਾ ਕੇ ਕੋਠੀਆਂ ਪਾਈਆਂ ਅਤੇ ਸਾਡੇ ਲੋਕ ਜੀ ਉਹ ਇਹ ਵੀ ਕਰਦੇ ਹਾਂ ਅੱਛਾ ਦੱਸੋ ਇਹਨੂੰ ਉਹ ਸਾਰੀ ਹਿਸਟਰੀ ਦਾ ਪਤਾ ਵੀ ਲੱਗ ਜਾਵੇ ਇਸ ਆਦਮੀ ਨੂੰ ਅਤੇ ਇਹਦੀ ਨਿਜਾਤ ਕਿੱਥੋਂ ਹੋਣੀ ਉਹ ਖੁਦਾ ਦਾ ਖੌਫ ਕਰੋ ਉਹ ਅੱਲਾ ਦੀ ਮੁਫਤ ਨਿਮਤ ਅਤੇ ਜਿਹਦੇ ਬਗੈਰ ਦੇਖੋ ਭੁੱਖਾ ਵੀ ਹੋਏ ਬੰਦਾ ਥੋੜ੍ਹਾ ਜਿਹਾ ਪਾਣੀ ਪੀ ਕੇ ਆਰਾਮ ਕਰ ਲਓ ਹੈਂਜੀ ਉਹ ਤੁਸੀਂ ਆਉਣ ਬਾਅਦ ਆਲਮੋ ਉਹ ਪਾਣੀ ਵੀ ਨਹੀਂ ਰਹਿਣ ਦਿੱਤਾ ਸਾਫ ਉਹ ਕੀ ਤੁਹਾਡੀ ਦੌਲਤਾਂ ਕਰਨ ਦੀਆਂ ਅਤੇ ਕੀ ਕਰੋ ਤੁਸੀਂ ਜੇ ਇਹ ਨਹੀਂ ਕਰ ਸਕੋ ਉਹ ਇੰਨੇ ਪੈਸੇ ਵੀ ਕੋਠੀ 'ਤੇ ਲਾਉਂਦੇ ਹੋ ਤੁਸੀਂ ਇੱਕ ਵਹਿਲੀ ਬਣਾ ਕੇ ਨਿਕਾਸੀ ਵੀ ਕਰ ਸਕਦੇ ਇੱਕ ਟੋਇਆ ਮਾਰ ਛੱਡੋ ਕੋਈ ਛੱਪੜ ਦਾ ਕੁਛ ਅਤੇ ਰੁਪਈਆ ਕੋਠੀ 'ਤੇ ਲਾ ਕੇ ਪਾਣੀ ਹੱਥ ਥੋੜ੍ਹਾ ਕਿ ਉਹ 10-15 ਥਾਂ ਲਾ ਕੇ ਉਹ ਛੱਪੜ ਦੀ ਛੱਪੜ ਨਾ ਛੱਡੋ ਉਹਦਾ ਜ਼ਮੀਨ ਦੇ ਵਿੱਚ ਪਾਣੀ ਗੰਦਾ ਕਰਦੇ ਲੋਕਾਂ ਨੂੰ ਬਿਮਾਰੀਆਂ ਤਕਸੀਮ ਕਰਦੇ ਹੋ ਪਏ ਜ਼ਹਿਰ ਤਕਸੀਮ ਕਰਦੇ ਹੋ ਪਏ ਖੁਦਾ ਤੋਂ ਖੌਫ ਕਰੋ ਹੈਂਜੀ ਨੇਕੀਆਂ ਤਾਂ ਇਹਨਾਂ ਛੋਟੀਆਂ ਛੋਟੀਆਂ ਲਿਹਾਜ ਪਿਆ ਲਿਖਾਏ ਬੰਦਾ ਹੈਂਜੀ ਅਤੇ ਉਹਦੇ ਨਾਲ ਤੈਨੂੰ ਨਾ ਕੋਈ ਫਰਕ ਪੈਂਦਾ ਅੱਜ ਅੱਲਾਹ ਤਾਲਾ ਨੇ ਫਰਮਾਇਆ ਕਿ ਜੋ ਕਿਆਮਤ ਵਾਲੇ ਦਿਨ ਬਹੁਤ ਨਮਾਜ਼ੀ ਨੂੰ ਮੂੰਹ 'ਤੇ ਮਾਰਾਂਗਾ ਨਮਾਜ਼ ਜਾ ਫੜ ਪਾਏਗਾ ਹਾਂਜੀ ਅਤੇ ਕੀ ਕਰਨੀਆਂ ਨਮਾਜ਼ਾਂ ਕੀ ਕਰਨੇ ਅੱਜ ਹੁਣ ਲੋਕਾਂ ਦਾ ਚੂਸਣਾ ਖਰਾਬ ਲੋਕਾਂ ਨੂੰ ਕਰਨਾ ਹੈਂਜੀ ਅਤੇ ਇਨਸਾਨ ਹੀ ਇਹਦਾ ਗਲਾ ਘੁੱਟਣਾ ਅਤੇ ਖੁਆਉਣਾ ਅੱਜੀ ਖੁਆਉਣਾ ਅੱਜ ਆ ਚਲੋ ਅੱਲਾ ਕਰਮ ਕਰੇ ਹਰ ਬੰਦੇ 'ਤੇ ਬਾਹਰ ਵਾਲੇ ਹਰ ਬੰਦੇ ਨੂੰ ਸੋਚਣਾ ਚਾਹੀਦਾ ਖੁਦਾ ਦਾ ਖੌਫ ਕਰਨਾ ਚਾਹੀਦਾ ਅੱਲਾ ਦੀ ਨਿਮਤ ਨੂੰ ਮੋਹਤ ਦੀ ਨਿਮਤ ਹੈ ਹੋਰ ਤਾਂ ਚੀਜ਼ਾਂ ਪੈਸੇ ਨਾ ਮਿਲਦੀਆਂ ਨੇ ਇਹ ਪਾਣੀ ਇਹ ਫਰੀ ਮਿਲਦਾ ਪਿਆ ਇਹ ਗਰੀਬ ਦੀ ਪਹੁੰਚ ਤੱਕ ਵੀ ਹੈ ਅਤੇ ਚਲੋ ਗਰੀਬ ਕੋਲ ਨਾ ਖੋ ਯਾਰ ਹੈਂਜੀ ਖੁਦਾ ਦਾ ਖੌਫ ਕਰੋ ਅੱਲਾ ਕੋਲ ਡਰ ਜਾਓ ਚਲੋ ਇਹਦੇ ਵਿੱਚ ਨਾ ਰਲਾ ਪਾਓ ਚਲੋ ਹਰ ਬੰਦਾ ਫਿਲਟਰ ਦਾ ਤਾਂ ਨਹੀਂ ਪੀ ਸਕਦਾ ਕਿੱਥੋਂ ਲਿਆ ਹੋਵੇ ਅਤੇ ਕਿੱਥੇ ਫਿਲਟਰ ਲੱਗੇ ਹੋਣੇ ਆਹ ਤਾਂ ਤੁਸੀਂ ਹੁਣ ਸਾਡੀ ਚਾਹ ਵੀ ਖਰਾਬ ਕਰਨ ਡੇ ਹੋ ਜੀ ਅੱਲਾ ਤਾਂ ਨਿਹਮਤ ਦਿੱਤੀ ਹੈ ਅਤੇ ਤੁਸੀਂ ਖੋਣ ਡੇ ਹੋ।